कल अपना 4 to 5 बजे के बच्चे अंदर घर के ही मैं एकदम 5:30-4 बजे बाहर आया तो मैं देखा तो मेरा मोटरसाइकिल नहीं खड़ा हुआ। कड़ा मोटरसाइकिल से हो स्प्लेंडर सीगा ब्लैक कलर का। अच्छा जी अपना PV08C 1688 ते अपना चोरी कितों होया करदे बारो चोरी करदे बारो जिथे मैं खड़ा इथे जिथे सूट खड़ा एक्टिवा इथे इथों चोरी होया जिथे लेके गए ते किन्ने कोई रखिया सी किन्नी की देर बाद आए बार ए मैं कोई नियर अबाउट ए कोई काम होया ना तो 4:30 to 5 बजे दे विच होया ते मैं 5:15 बजे बाहर आ गया 5:30 दे विच बाहर आया ते देखया ते मोटरसाइकिल खड़ा नहीं आया ते कोई सीसीटीवी फुटेज वगैरह आई है। हां जी हां जी फोटो आई है वीडियो बनाई है फोटो वगैरह भी मैं सेंड कर दी है सारी। किन्ने कु मुंडे आए सी ये 2 मुंडे आए सी जी ए आए ने इथों दी दूसरी रोड अपना पहले के 2 मुंडे आए ने मोटरसाइकिल ते निकल के चले गए ने निकलने तो बाद इन्होंने फिर बंदा एक आया उत्थे जाके खड़ा हो गया एक मुंडा फिर पैदल आया इथों दी उन्हें आके अपना बाइक ने अपना चाबी लाई है ते इथों लेके निकल गया फिर तो पुलिस ने कंप्लेंट की इस बारे में 3 नंबर थाने में करती है। ਕਿਹੜਾ ਮੋਟਰਸਾਈਕਲ ਸੀ ਉਹ ਸਪਲੈਂਡਰ ਸੀਗਾ ਬਲੈਕ ਕਲਰ ਦਾ। ਅੱਛਾ ਜੀ ਆਪਣਾ PV08C 1688 ਤੇ ਆਪਣਾ ਚੋਰੀ ਕਿੱਥੋਂ ਹੋਇਆ ਘਰ ਦੇ ਬਾਹਰੋਂ ਚੋਰੀ ਘਰ ਦੇ ਬਾਹਰੋਂ ਜਿੱਥੇ ਮੈਂ ਖੜਾ ਇੱਥੇ ਜਿੱਥੇ ਸਕੂਟਰ ਖੜਾ ਐਕਟਿਵਾ ਇੱਥੇ ਇੱਥੋਂ ਚੋਰੀ ਹੋਇਆ ਜੀ ਇੱਥੋਂ ਲੈ ਕੇ ਗਏ ਤੇ ਕਿੰਨੇ ਕੁ ਵਜੇ ਰੱਖਿਆ ਸੀ ਕਿੰਨੀ ਕੁ ਦੇਰ ਬਾਅਦ ਆਏ ਬਾਹਰ ਇਹ ਮੈਂ ਕੋਈ ਨੀਅਰ ਅਬਾਊਟ ਕੋਈ ਕੰਮ ਹੋਇਆ ਨਾ ਤਾਂ 4:30 to 5 ਵਜੇ ਦੇ ਵਿੱਚ ਹੋਇਆ ਤੇ ਮੈਂ 5:15 ਵਜੇ ਬਾਹਰ ਆ ਗਿਆ 5:30 ਦੇ ਵਿੱਚ ਬਾਹਰ ਆਇਆ ਤੇ ਦੇਖਿਆ ਤੇ ਮੋਟਰਸਾਈਕਲ ਖੜਾ ਨਹੀਂ ਆਇਆ ਤੇ ਕੋਈ ਸੀਸੀਟੀਵੀ ਫੁਟੇਜ ਵਗੈਰਾ ਆਈ ਹੈ। ਹਾਂਜੀ ਹਾਂਜੀ ਫੋਟੋ ਆਈ ਹੈ ਵੀਡੀਓ ਬਣਾਈ ਹੈ ਫੋਟੋ ਵਗੈਰਾ ਵੀ ਮੈਂ ਸੈਂਡ ਕਰਦੀ ਹਾਂ ਸਾਰੀਆਂ। ਕਿੰਨੇ ਕੁ ਮੁੰਡੇ ਆਏ ਸੀ ਇਹ 2 ਮੁੰਡੇ ਆਏ ਸੀ ਜੀ ਇਹ ਆਏ ਨੇ ਇੱਥੋਂ ਦੀ ਦੂਸਰੀ ਰੋਡ ਆਪਣਾ ਪਹਿਲੇ ਕੋਈ 2 ਮੁੰਡੇ ਆਏ ਨੇ ਮੋਟਰਸਾਈਕਲ ਤੇ ਨਿਕਲ ਕੇ ਚਲੇ ਗਏ ਨੇ ਨਿਕਲਣ ਤੋਂ ਬਾਅਦ ਇਹਨਾਂ ਨੇ ਫਿਰ ਬੰਦਾ ਇੱਕ ਆਇਆ ਉੱਥੇ ਜਾ ਕੇ ਖੜਾ ਹੋ ਗਿਆ ਇੱਕ ਮੁੰਡਾ ਫਿਰ ਪੈਦਲ ਆਇਆ ਇੱਥੋਂ ਦੀ ਉਹਨੇ ਆ ਕੇ ਆਪਣਾ ਬਾਈਕ ਨੇ ਆਪਣਾ ਚਾਬੀ ਲਾਈ ਹੈ ਤੇ ਇੱਥੋਂ ਲੈ ਕੇ ਨਿਕਲ ਗਿਆ ਫਿਰ ਤਾਂ ਪੁਲਿਸ ਨੇ ਕੰਪਲੀਟ ਕੀਤੀ ਇਸ ਬਾਰੇ ਵਿੱਚ ਕੋਈ 3 ਨੰਬਰ ਥਾਣੇ ਵਿੱਚ ਕਰਤੀ। ਠੀਕ ਹੈ ਜੀ ਤੇ ਹੁਣ ਕੀ ਤੁਸੀਂ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਨੂੰ ਇਹ ਮੰਗ ਕਰਦਾ ਇਹਨਾਂ ਨੂੰ ਫੜਿਆ ਜਾਵੇ ਛੇਤੀ ਤੋਂ ਛੇਤੀ ਜਿਹੜੇ ਵੀ ਹੈਗੇ। ਬਾਈ ਜੀ ਦਾ ਆਏ ਦਿਨ ਚੋਰੀਆਂ ਹੁੰਦੀਆਂ ਤੇ ਕੀ ਕਹਿਣਾ ਚਾਹੋਗੇ ਇਹਦੇ ਤੇ? ਚੋਰੀਆਂ ਇਹ ਹੈ ਵੀ ਲੋਕਾਂ ਨੂੰ ਇਹਦਾ ਮਤਲਬ ਇਹ ਹੈ ਕਿ ਸੀਸੀਟੀਵੀ ਕੈਮਰੇ ਜੋ ਉਹਨਾਂ ਨੂੰ ਕੋਈ ਡਰ ਚੱਕਾ ਹੀ ਨਹੀਂ ਹੈ ਕਿਸੇ ਚੀਜ਼ ਦਾ ਹਲੇ ਤੇ ਕੈਮਰੇ ਲੱਗੇ ਹੋਏ ਨੇ ਫਿਰ ਉਹਨਾਂ ਦੇ ਕੋਈ ਮੂੰਹ ਤੇ ਕੋਈ ਟੱਕਿਆ ਨਹੀਂ ਉਹਨਾਂ ਨੇ ਕੁਝ ਨਹੀਂ ਕੀਤਾ ਹੈ ਸ਼ਰੇਆਮ ਆਏ ਨੇ ਸ਼ਰੇਆਮ ਮੋਟਰਸਾਈਕਲ ਚੱਕ ਕੇ ਲੈ ਗਏ ਨੇ।